Return Outlook। सतनाम श्री वाहे गुरु जी। कमेंट सैक्शन दे विच वाहेगुरु टाइप करके फतेह कबूल करो जी। वाहेगुरु जी का खालसा, वाहेगुरु जी की फतेह। तुसी अपने सुझाव अते सवाल भी कमेंट कर सकते हो। तुहाडे सुझावां दे उत्ते काम करन दी अते तुहाडे सवालां दे छेती तो छेती जवाब देन दी पूरी कोशिश की जाएगी। श्री गुरु ग्रंथ साहब जी दे 176वें अंग दी बाणी दी व्याख्या लैके असी हाजिर हाँ जी। अज दी बाणी दे विच असी श्री गुरु अर्जन देव जी द्वारा लिखे गए शब्द पढ़ांगे ते इन्हां शब्दां दे विच गुरु जी ने बड़े ही सिद्धे ढंग दे नाल सानू हदायतां कीतियां ने। उह की ने आओ जानदे हाँ। गौड़ी गुआररी महिला पंजवां, क्यों भरमीऐ भरम किसका होई, जां जल थल महियल रविआ सोई, गुरमुख उभरे मनमुख पत खोई। गुरु जी साढ़े अगे एक सवाल करते ने कि तुसी क्यों भरमे हुए हो, क्यों भटक रहे हो, भटकणा दे विच क्यों पए हुए हो, तुहानू भरम किहड़ी गल दा है, संदेह किहड़ी गल दा है। जदों जल विच ते थल विच आकाश दे विच हर थां ओ परमात्मा रविआ होया है, इस सृष्टि दे कण कण दे विच ओहदी मौजूदगी है, तां तुहानू ਕਿਹੜੀ ਗੱਲ ਦਾ ਸੰਦੇਹ ਹੈ? ਜੋ ਗੁਰਮੁਖ ਹੁੰਦੇ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਅਤੇ ਉਹ ਇਸ ਪ੍ਰਕਾਰ ਦੀਆਂ ਭਟਕਣਾਂ ਤੋਂ, ਇਸ ਪ੍ਰਕਾਰ ਦੇ ਸੰਦੇਹ ਤੋਂ ਉੱਭਰ ਜਾਂਦੇ ਨੇ, ਭਾਵ ਕਿ ਉੱਪਰ ਉੱਠ ਜਾਂਦੇ ਨੇ। ਅਤੇ ਜਿਹੜੇ ਮਨਮੁੱਖ ਨੇ ਉਹ ਇਸੇ ਭਟਕਣਾਂ ਦੇ ਵਿੱਚ ਪੈ ਕੇ ਆਪਣੀ ਇੱਜ਼ਤ ਗਵਾ ਲੈਂਦੇ ਨੇ। ਗੁਰਮੁਖ ਉੱਭਰੇ ਮਨਮੁੱਖ ਪਤ ਖੋਈ, ਜਿਸ ਰਾਖੈ ਆਪ ਰਾਮ ਦਿਆਰਾ, ਤਿਸ ਨਹੀਂ ਦੂਜਾ ਕੋ ਪਹੁੰਚਣ ਹਾਰਾ। ਰਹਾਓ ਜਿਸ ਮਨੁੱਖ ਨੂੰ ਉਹ ਪਰਮਾਤਮਾ ਆਪ ਇਸ ਪ੍ਰਕਾਰ ਦੀਆਂ ਤ੍ਰਿਸ਼ਨਾਵਾਂ ਤੋਂ, ਇਸ ਪ੍ਰਕਾਰ ਦੀਆਂ ਭਟਕਣਾਂ ਤੋਂ ਬਚਾ ਲੈਂਦਾ ਹੈ, ਉਸ ਮਨੁੱਖ ਦੀ ਅਵਸਥਾ ਅਜਿਹੀ ਹੋ ਜਾਂਦੀ ਹੈ ਕਿ ਦੂਸਰਾ ਕੋਈ ਮਨੁੱਖ ਉਹਦੀ ਬਰਾਬਰੀ ਨਹੀਂ ਕਰ ਸਕਦਾ। ਜਿਸ ਰਾਖੈ ਆਪ ਰਾਮ ਦਿਆਰਾ, ਤਿਸ ਨਹੀਂ ਦੂਜਾ ਕੋ ਪਹੁੰਚਣ ਹਾਰਾ। ਸਭ ਮਹਿ ਵਰਤੈ ਏਕ ਅਨੰਤਾ, ਤਾਂ ਤੂੰ ਸੁਖ ਸੋਉ ਹੋਏ ਅਚਿੰਤਾ, ਉਹ ਸਭ ਕਿਛ ਜਾਣੈ ਜੋ ਵਰਤੰਤਾ। ਇਹਦੇ ਵਿੱਚ ਅਸੀਂ ਪਹਿਲੀ ਅਤੇ ਤੀਸਰੀ ਪੰਕਤੀ ਨੂੰ ਬਾਅਦ ਦੇ ਵਿੱਚ ਬਿਆਨ ਕਰਦੇ ਹਾਂ। ਪਹਿਲਾਂ ਜੋ ਮਿਡਲ ਵਾਲੀ, ਮੱਧ ਵਾਲੀ ਪੰਕਤੀ ਹੈ ਉਹਨੂੰ ਵੇਖਦੇ ਹਾਂ। ਕਹਿੰਦੇ ਤਾਂ ਤੂੰ ਸੁਖ ਸੋਉ ਹੋਏ ਅਚਿੰਤਾ, ਕਿ ਹੇ ਇਨਸਾਨ ਤੂੰ ਤਾਂ ਹੀ ਸੁੱਖ ਦੀ ਨੀਂਦ ਸੌਂ ਸਕਦਾ ਹੈ, ਅਚਿੰਤ ਹੋ ਕੇ, ਕਿਸੇ ਵੀ ਪ੍ਰਕਾਰ ਦੀਆਂ ਚਿੰਤਾਵਾਂ ਤੋਂ ਦੂਰ ਹੋ ਕੇ ਸੁੱਖ ਦੀ ਨੀਂਦ ਸੌਂ ਸਕਦਾ ਹੈ, ਜੇ ਤੂੰ ਇਸ ਗੱਲ ਨੂੰ ਮੰਨ ਲਏ ਕਿ ਸਭ ਮਹਿ ਵਰਤੈ ਏਕ ਅਨੰਤਾ, ਉਹ ਸਭ ਕਿਛ ਜਾਣੈ ਜੋ ਵਰਤੰਤਾ, ਕਿ ਹਰ ਜੀਵ ਦੇ ਵਿੱਚ ਉਹ ਇੱਕ ਪਰਮਾਤਮਾ ਵਰਤਦਾ ਹੈ, ਇੱਕ ਪਰਮਾਤਮਾ ਵਸਦਾ ਹੈ, ਅਤੇ ਉਹ ਸਭ ਕੁਝ ਜਾਣਦਾ ਹੈ ਜੋ ਕੁਝ ਵੀ ਇਸ ਸ੍ਰਿਸ਼ਟੀ ਦੇ ਉੱਪਰ ਹੋ ਰਿਹਾ ਹੈ। ਇਹ ਦੋ ਗੱਲਾਂ ਨੂੰ ਜੇਕਰ ਤੂੰ ਮੰਨ ਲਵੇਂ ਤਾਂ ਤੂੰ ਸੁੱਖ ਦੀ ਨੀਂਦ ਸੌਂ ਸਕਦਾ ਹੈ। ਮਨਮੁੱਖ ਮੋਏ ਜਿਨ ਦੂਜੀ ਪਿਆਸਾ, ਉਹ ਮਨਮੁੱਖ ਮਨੁੱਖ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਮਾਇਕ ਪਦਾਰਥਾਂ ਦੀਆਂ ਤ੍ਰਿਸ਼ਨਾਵਾਂ ਹਨ, ਉਹ ਆਤਮਕ ਮੌਤੇ ਮਰ ਜਾਂਦੇ ਨੇ। ਵਹੁ ਜੋਨੀ ਭਵੈ ਤੁਰ ਕਿਰਤ ਲਿਖਿਆਸਾ, ਜੈਸਾ ਬੀਜੈ ਤੈਸਾ ਖਾਸਾ। ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਉਹਦੇ ਧੁਰੋਂ ਜੋ ਲੇਖ ਲਿਖੇ ਜਾਂਦੇ ਹਨ, ਉਹਨਾਂ ਦੇ ਹਿਸਾਬ ਨਾਲ ਉਹ ਬਹੁ ਜੂਨੀਆਂ ਦੇ ਵਿੱਚ ਭਟਕਦਾ ਫਿਰਦਾ ਹੈ। ਜਿਸ ਪ੍ਰਕਾਰ ਦਾ ਉਹ ਬੀਜਦਾ ਹੈ ਵੈਸਾ ਹੀ ਉਹ ਖਾਂਦਾ ਹੈ। ਅਗਲੇ ਦੋ ਸ਼ਬਦਾਂ ਦੇ ਵਿੱਚ ਜੋ ਜੂਨੀਆਂ ਦੀ ਗੱਲ ਹੋਈ ਹੋਣੀ ਹੈ ਉਹ ਥੋੜ੍ਹੀ ਵੱਖਰੀ ਹੈ ਇਹਦੇ ਨਾਲੋਂ। ਆਉਣ ਵਾਲੇ ਸ਼ਬਦਾਂ ਦੇ ਵਿੱਚ ਜੋ ਜੋਨੀਆਂ ਦੀ ਗੱਲ ਹੈ ਉਹ ਮਨੁੱਖ ਅਤੇ ਹੋਰ ਬਾਕੀ ਪ੍ਰਕਾਰ ਦੀਆਂ ਜੋ ਜੂਨਾਂ ਹਨ ਉਹਨਾਂ ਦੀ ਇੱਕ ਤੁਲਨਾ ਹੈ। ਅਤੇ ਜੋ ਇੱਥੇ ਹੈ ਇਸ ਪੰਕਤੀ ਦੇ ਵਿੱਚ ਕਿ ਬਹੁ ਜੋਨੀ ਭਵੈ ਧੁਰ ਕਿਰਤ ਲਿਖਿਆਸਾ, ਜੈਸਾ ਬੀਜੈ ਤੈਸਾ ਖਾਸਾ, ਇੱਥੇ ਗੱਲ ਹੋ ਰਹੀ ਹੈ ਕਿ ਮਨੁੱਖੀ ਜੂਨੀ ਦੇ ਵਿੱਚ ਹੁੰਦੇ ਹੋਏ ਵੀ ਤੁਸੀਂ ਜਿਹੜੀਆਂ ਜੂਨਾਂ ਭੁਗਤਦੇ ਹੋ ਉਹਨਾਂ ਦੀ। ਇਸ ਸਾਰੇ ਕੰਸੈਪਟ ਨੂੰ ਲੈ ਕੇ ਦੋ ਤਿੰਨ ਵੀਡੀਓਜ਼ ਅਸੀਂ ਪਾਈਆਂ ਹੋਈਆਂ ਨੇ, ਅਪਲੋਡ ਕੀਤੀਆਂ ਹੋਈਆਂ ਨੇ ਚੈਨਲ ਦੇ ਉੱਤੇ, ਉਹਨਾਂ ਦੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮੌਜੂਦ ਨੇ।
ਉੱਥੇ ਅਸੀਂ ਇਹਨਾਂ ਜੂਨਾਂ ਬਾਰੇ ਜਨਮ ਮਰਨ ਦੇ ਬੰਧਨਾਂ ਦੇ ਬਾਰੇ 'ਚ ਗੱਲ ਕੀਤੀ ਹੈ। ਇਹ ਪੰਕਤੀਆਂ ਉਸ ਸੋਚ ਨੂੰ ਪੂਰਨ ਕਰਦੀਆਂ ਨੇ ਕਿ ਜਿਸ ਪ੍ਰਕਾਰ ਦੇ ਕਾਰਜ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਹਾਂ ਉਸ ਪ੍ਰਕਾਰ ਦੀ ਸਾਡੀ ਸੋਚ ਬਣ ਜਾਂਦੀ ਹੈ ਅਤੇ ਉਸ ਸੋਚ ਦੇ ਮੁਤਾਬਕ ਅਸੀਂ ਆਪਣੇ ਮਨ ਨੂੰ ਸਥਿਰ ਜਾਂ ਅਸਥਿਰ ਰੱਖਦੇ ਹਾਂ। ਜਦੋਂ ਉਹ ਸਥਿਰ ਹੈ ਤਾਂ ਅਸੀਂ ਉਸੇ ਜੂਨੀ ਦੇ ਵਿੱਚ ਟਿਕੇ ਹੋਏ ਹਾਂ ਅਤੇ ਜਦੋਂ ਉਹ ਅਸਥਿਰ ਹੈ ਤਾਂ ਅਸੀਂ ਬਹੁਤ ਪ੍ਰਕਾਰ ਦੀਆਂ ਜੂਨੀਆਂ ਦੇ ਵਿੱਚ ਭਟਕਦੇ ਫਿਰਦੇ ਹਾਂ। ਅੱਗੇ ਚੱਲਦੇ ਹਾਂ। ਦੇਖ ਦਰਸ ਮਨ ਭਇਆ ਵਿਗਾਸਾ, ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ, ਜਨ ਨਾਨਕ ਕੀ ਹਰ ਪੂਰਨ ਆਸਾ। ਉਸ ਪਰਮਾਤਮਾ ਦਾ ਦਰਸ਼ਨ ਕਰਕੇ ਮਨੁੱਖ ਦਾ ਮਨ ਜੋ ਹੈ ਬਹੁਤ ਆਨੰਦਮਈ ਹੋ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ। ਉਹਨੂੰ ਹਰ ਪਾਸੇ ਉਸ ਪਰਮਾਤਮਾ ਦਾ ਪਸਾਰਿਆ ਹੋਇਆ ਪ੍ਰਕਾਸ਼ ਨਜ਼ਰ ਆਉਂਦਾ ਹੈ। ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ, ਅਤੇ ਉਸ ਦਾਸ ਦੀ ਹਰ ਆਸ ਪੂਰਨ ਹੋ ਜਾਂਦੀ ਹੈ। ਅਗਲਾ ਜੋ ਸ਼ਬਦ ਹੁਣ ਅਸੀਂ ਪੜ੍ਹਨ ਜਾ ਰਹੇ ਹਾਂ, ਇਹਦੇ ਵਿੱਚ ਮਨੁੱਖ ਦੀ ਜੂਨ ਅਤੇ ਬਾਕੀ ਸਾਰੀਆਂ ਜੋ ਜੂਨਾਂ ਨੇ ਉਹਨਾਂ ਦੀ ਬਕਾਇਦਾ ਤੁਲਨਾ ਕੀਤੀ ਗਈ ਹੈ ਅਤੇ ਇਸ ਗੱਲ ਦਾ ਵੀ ਸੰਕੇਤ ਇਹਨਾਂ ਪੰਕਤੀਆਂ ਦੇ ਰਾਹੀਂ ਸਾਨੂੰ ਮਿਲਦਾ ਹੈ। ਗੁਰੂ ਜੀ ਇਸ ਗੱਲ ਦੇ ਵਿੱਚ ਵਿਸ਼ਵਾਸ ਕਰਦੇ ਸਨ ਕਿ ਇੱਕ ਹੀ ਆਤਮਾ ਹੈ ਜੋ ਬਹੁ ਜੂਨਾਂ ਦੇ ਵਿੱਚ ਤਬਦੀਲ ਹੁੰਦੀ ਰਹਿੰਦੀ ਹੈ। ਗੌੜੀ ਗੁਆਰਰੀ ਮਹਿਲਾ ਪੰਜਵਾਂ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਰਖ ਜੋਇਓ। ਕਹਿੰਦੇ ਕਈ ਜਨਮਾਂ ਦੇ ਵਿੱਚ ਤੈਨੂੰ ਕੀਟ ਪਤੰਗਾ ਬਣਾ ਕੇ ਇਸ ਸ੍ਰਿਸ਼ਟੀ ਦੇ ਵਿੱਚ ਭੇਜਿਆ ਗਿਆ, ਕਈ ਜਨਮਾਂ ਦੇ ਵਿੱਚ ਤੂੰ ਹਾਥੀ ਮੱਛ ਹਿਰਨ ਬਣਦਾ ਰਿਹਾ। ਗਜ ਤੋਂ ਭਾਵ ਹਾਥੀ, ਮੀਨ ਤੋਂ ਭਾਵ ਮਛਲੀ, ਕੁਰੰਗਾ ਤੋਂ ਭਾਵ ਹਿਰਨ, ਕਈ ਜਨਮ ਪੰਖੀ ਸਰਪ ਹੋਇਓ, ਅਤੇ ਕਈ ਜਨਮਾਂ ਦੇ ਵਿੱਚ ਤੂੰ ਪੰਛੀ ਬਣਿਆ, ਕਈ ਜਨਮਾਂ ਦੇ ਵਿੱਚ ਤੂੰ ਸੱਪ ਬਣਿਆ, ਕਈ ਜਨਮ ਹੈਵਰ ਬਿਰਖ ਜੋਇਓ, ਕਈ ਜਨਮਾਂ ਦੇ ਵਿੱਚ ਤੂੰ ਘੋੜਾ ਬਣਿਆ ਅਤੇ ਕਈ ਹੀ ਜਨਮਾਂ ਦੇ ਵਿੱਚ ਤੈਨੂੰ ਬਲਦ ਬਣਾ ਕੇ ਜੋਤਿਆ ਗਿਆ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ ਰਹਾਓ, ਅਤੇ ਬੜੇ ਚਿਰਾਂ ਪਿੱਛੋਂ ਤੈਨੂੰ ਇਹ ਮਨੁੱਖਾ ਜੀਵਨ ਮਿਲਿਆ ਹੈ, ਮਨੁੱਖੀ ਸਰੀਰ ਮਿਲਿਆ ਹੈ, ਜਗਤ ਦੇ ਮਾਲਕ ਪ੍ਰਭੂ ਨੂੰ ਹੁਣ ਮਿਲ ਲੈ, ਇਹੀ ਸਮਾਂ ਹੈ ਉਸ ਪਰਮਾਤਮਾ ਦੇ ਨਾਲ ਮਿਲਾਪ ਹਾਸਲ ਕਰਨ ਦਾ। ਦੇਖੋ ਜੋ ਮਨੁੱਖ ਹੈ ਬਾਕੀ ਦੀਆਂ ਜੂਨਾਂ ਦੇ ਨਾਲੋਂ ਬਹੁਤ ਹੱਦ ਤੱਕ ਵੱਖਰਾ ਹੈ। ਹੋਰ ਵੀ ਕਈ ਪ੍ਰਕਾਰ ਦੇ ਜੀਵ ਜੰਤੂ, ਕੀਟ ਪਤੰਗੇ, ਦਰਖਤ, ਬਨਸਪਤੀ ਇਸ ਸ੍ਰਿਸ਼ਟੀ ਦੇ ਵਿੱਚ ਮੌਜੂਦ ਹਨ। ਉਹਨਾਂ ਦੇ ਕੋਲ ਭਾਵਨਾਵਾਂ ਹਨ, ਇਮੋਸ਼ਨਸ ਹਨ, ਪਰ ਕੋਗਨੀਸ਼ਨ ਨਹੀਂ ਹੈ, ਭਾਵ ਕਿ ਸੋਚਣ ਸ਼ਕਤੀ ਨਹੀਂ ਹੈ ਜਿਹੜੀ ਕਿ ਮਨੁੱਖ ਕੋਲ ਹੈ। ਇਸ ਲਈ ਮਨੁੱਖ ਉਹਨਾਂ ਦੇ ਨਾਲੋਂ ਵੱਖਰਾ ਹੈ। ਬਾਕੀ ਦੇ ਜੋ ਜੀਵ ਜੰਤੂ ਨੇ ਉਹਨਾਂ ਦਾ ਜੀਵਨ ਬਹੁਤ ਛੋਟੇ ਦਾਇਰੇ ਦੇ ਵਿੱਚ ਸੀਮਿਤ ਹੈ। ਉਹਨਾਂ ਦੀ ਜੋ ਸੋਚ ਹੈ ਉਹ ਇੱਥੋਂ ਤੱਕ ਹੀ ਸੀਮਿਤ ਹੈ ਕਿ ਉਹਨਾਂ ਨੇ ਆਪਣਾ ਖਾਣਾ ਇਕੱਤਰ ਕਰਨਾ ਹੈ, ਖਾਣਾ ਹੈ, ਜੀਵਿਤ ਰਹਿਣਾ ਹੈ, ਅਤੇ ਆਪਣੇ ਜੋ ਬੱਚੇ ਹਨ ਉਹਨਾਂ ਦੀ ਦੇਖਭਾਲ ਕਰਨੀ ਹੈ। ਆਪਣੇ ਬੱਚਿਆਂ ਦੇ ਪ੍ਰਤੀ ਪਿਆਰ ਜੋ ਹੈ ਉਹਨਾਂ ਦੇ ਵਿੱਚ ਵੀ ਮੌਜੂਦ ਹੈ। ਅਸੀਂ ਬਹੁਤ ਸਾਰੀਆਂ ਜਾਨਵਰਾਂ ਦੀਆਂ ਵੀਡੀਓਜ਼ ਵੇਖੀਆਂ ਨੇ ਜਿਨ੍ਹਾਂ ਦੇ ਵਿੱਚ ਕਿ ਅਸੀਂ ਇਹ ਗੱਲ ਸਾਫ਼ ਤੌਰ 'ਤੇ ਵੇਖ ਸਕਦੇ ਹਾਂ ਕਿ ਉਹ ਵੀ ਜੋ ਜਾਨਵਰ ਨੇ ਉਹ ਵੀ ਆਪਣੇ ਬੱਚਿਆਂ ਨੂੰ ਉਨਾ ਹੀ ਪਿਆਰ ਕਰਦੇ ਹਨ, ਉਸ ਪ੍ਰਕਾਰ ਹੀ ਪਿਆਰ ਕਰਦੇ ਹਨ ਜਿਵੇਂ ਕਿ ਮਨੁੱਖ ਕਰਦਾ ਹੈ। ਪਰ ਉਹ ਮਨੁੱਖ ਵਾਂਗ ਸੋਚ ਨਹੀਂ ਸਕਦੇ। ਉਦਾਹਰਣ ਦੇ ਤੌਰ 'ਤੇ ਜਦੋਂ ਕੋਈ ਪਰਿਵਾਰਕ ਮੈਂਬਰ ਵਿਛੜ ਜਾਂਦਾ ਹੈ ਤਾਂ ਮਨੁੱਖ ਉਹਨੂੰ ਪਰਮਾਤਮਾ ਦੀ ਰਜ਼ਾ ਮੰਨ ਕੇ ਆਪਣੇ ਮਨ ਨੂੰ ਸਥਿਰ ਰੱਖ ਸਕਦਾ ਹੈ ਜੇ ਉਹ ਚਾਹੇ ਤਾਂ, ਪਰ ਬਾਕੀ ਦੇ ਜੀਵ ਜੰਤੂ ਅਜਿਹਾ ਨਹੀਂ ਕਰ ਸਕਦੇ। ਉਹਨਾਂ ਦੇ ਲਈ ਪਰਮਾਤਮਾ ਅਤੇ ਪਰਮਾਤਮਾ ਦੀ ਰਜ਼ਾ ਆਦਿਕ ਜੋ ਸਬਜੈਕਟ ਨੇ ਇਹਨਾਂ ਨੂੰ ਸਮਝਣਾ ਨਾਮੁਮਕਿਨ ਜਿਹਾ ਹੀ ਹੈ। ਇਸੇ ਲਈ ਮਨੁੱਖੀ ਜਨਮ ਨੂੰ ਉੱਤਮ ਮੰਨਿਆ ਗਿਆ ਹੈ ਅਤੇ ਗੁਰੂ ਜੀ ਨੇ ਇਸੇ ਲਈ ਹੀ ਇਹ ਕਿਹਾ ਹੈ ਕਿ ਮਿਲ ਜਗਦੀਸ਼ ਮਿਲਨ ਕੀ ਬਰੀਆ, ਕਿ ਇਹ ਜੋ ਮਨੁੱਖੀ ਸਰੀਰ ਤੈਨੂੰ ਮਿਲਿਆ ਹੈ, ਮਨੁੱਖਾ ਜਨਮ ਮਿਲਿਆ ਹੈ, ਇਹੀ ਉਹ ਸਮਾਂ ਹੈ ਕਿ ਤੂੰ ਉਸ ਪਰਮਾਤਮਾ ਦੇ ਨਾਲ ਸਾਂਝ ਕਾਇਮ ਕਰ ਸਕਦਾ ਹੈ।
अगे भी इस गल नूं जारी रखते हुए गुरु जी लिखते हैं, कई जन्म सैल गिर करिया, कई जन्म गर्भ हिर खरिया, कई जन्म साख कर उपाया, लख 84 जोन भरमाया। कहिंदे कई जन्मां दे विच तैनूं सैल जाणी के पत्थर अते गिर जाणी के पहाड़ बना के पैदा किया गया। कई जन्मां दे विच तेरी माँ का जो गर्भ सी उही छ गया। हिर खरिया तो भाव डिग पैना कि तेरा जो जन्म सी वह होने तो पहला ही तेरे जीवन की समाप्ति हो गई। कई जन्म साख कर उपाया ते कई जन्मां दे विच तैनूं बनस्पति बना के इस सृष्टि दे विच उपाया गया। लख 84 जून भरमाया, 84 लख जूनां दे विच तैनूं भरमाया गया, तू 84 लख जूनां दे विच भटकदा फिरिया। साध संग भयो जन्म प्रापत, कर सेवा भज हर हर गुरमत। इन्हां पंक्तियां दे विच है हदायत, जिस दी कि मैं वीडियो दे शुरुआत दे विच गल कीती सी कि हुण जदों तैनूं मनुखा जन्म प्राप्त हो गया है तां साध संग कर, साधु लोकां दी संगत दे विच जुड़ के उस परमात्मा दा भजन कर, उहदी लुकाई दी सेवा कर। कर सेवा भज हर हर गुरमत, गुरमत दे उत्ते चल, उस परमात्मा दा नाम सिमर। त्याग मान झूठ अभिमान, जो तू अपने आप दे उत्ते मान करदा है, हंकार करदा है, जो झूठ दा पसारा तू अपने आस पास फैलाया होया है, उस सब नू त्याग दे। जीवत मरै दर गै प्रवान, अपने आप नू ज्यौंदे जी मार लै, भाव कि जो अपना आपा है उन्नू खत्म कर लै, फिर तू उस परमात्मा दी दरगाह ते प्रवान होएगा। जो किछ होआ सो तुझते होग, इत्थे गुरु जी उस परमात्मा नू संबोधित करदे होए कह रहे हन कि हे परमात्मा, साढ़े जीवां दे की वस है, जो कुछ भी हुंदा है वह तू करदा है तां हुंदा है, तेरे तो अलावा दूजा कोई करने वाला है नहीं। जो किछ होआ सो तुझते होग, अवर ना दूजा करना जोग, ता मिलिया जा लै मिलाए, कहो नानक हर हर गुण गाए। कि तेरे नाल मिलाप तां ही संभव है जे तू खुद सानू अपने चरणा दे नाल मिला लवें। हे नानक आख कि जो मनुख है उसनू उस परमात्मा दे गुण गाने चाहिए हैं। गौड़ी गुआररी महला पंजवां, कर्म भूम मह बोहो नाम, पूर्ण होए तुम्हारा काम, फल पावै मिटै जम त्रास, नित गावै हर हर गुण जास। इन्हां पंक्तियां दे विच भी गुरु जी ने सानू हदायत कीती है कि अपनी कर्म भूमि दे विच उस परमात्मा दा नाम बीजो, ते तुहाडा जो काम है, जो कार्ज हन, उह सारे ही पूर्ण हो जाणगे। जेकर तू हर रोज़ उस परमात्मा दा जस गावेगा, नित गावै हर हर गुण जास, तां फल पावै मिटै जम त्रास, तेरी आत्मक मौत दा खतरा टल जाएगा, ये फल तू हासिल करेगा। हर हर नाम अंतर और धार, सीगर कारज लिहो सवार रहाओ। अपने अंदर उस परमात्मा दे नाम नू संभाल के रख, ते जे तेरा मनुखा जन्म है इहदा जो मनोरथ है वह छेती दे नाल पूरा कर। अपने प्रभ स्यो हो सावधान, ता तू दर गै पावै मान, उकत सियाणप सगली त्याग, संत जना की चरणी लाग। इत्थे फिर तो हदायत है साडे लई कि उस परमात्मा दे अग्गे सावधान होके रहो, सुचेत होके रहो। अपनी जो सियाणप है, अपनियां जो दलीलां हन, उन्हां नू त्यागो, ते उन्हां नू त्याग के उस परमात्मा दे संतां दे चरणां दे विच लग जाओ। इस प्रकार तुसीं उहदी दरगाह दे उत्ते माण हासिल करोगे। हुण अपनियां दलीलां, अपनी सियाणप त्यागण दा फायदा सानू की है? सब तो वड्डा फायदा यह है कि साडे मन नू शांति मिलेगी। जद तक साडे मन दे विच दलीलां ते सियाणपां हन, सियाणप नूं त्यागण तो भाव यह नहीं है कि असीं कमले ही हो जाइए। असल दे विच इन्हां पंक्तियां दे विच सियाणप शब्द का अर्थ ही दलीलां है।
कि अपनियां दलीलां अपने जो सवाल ने उन्हां नूं त्यागो। इस प्रकार तुहाडे मन नूं शांति मिलेगी। मन नूं आनंद दवाउणा, शांति दे विच रखना, स्थिर अवस्था दे विच रखना साडा प्रमुख मनोरथ है। ते जद तक साडे मन दे विच सवाल हन उस परमात्मा नूं लै के, उदों तक असी अपने मन नूं स्थिर नहीं कर सकते, क्योंकि इन्हां सवालां दे पुख्ता उत्तर तुहानूं किते भी नहीं मिलणगे। परमात्मा दा जो सबजैक्ट है अजिहा है कि उहदा 100% संतुष्टि करन वाला उत्तर तुहानूं किते भी नहीं मिलेगा। ते इक्को इक हल यही है कि तुसी अपने मन दे विच्चों इन्हां सवालां नूं दूर ही रखो, तां कि तुसी एक शांतमई स्थिति अपने मन दे अंदर बनाई रखो। ये हदायत है गुरु जी दी। अगे पढ़ते हाँ, सर्व जी है जाकै हाथ, कदे ना विछड़ै सब कै साथ, उपाव छोड़ गौ तिस की ओट, निमख महे होवै तेरी छोट। सारे जो जीव हन उस परमात्मा दे हथ विच हन। सारे ही जीवां दे नाल उस परमात्मा दा साथ है। वह कदे भी जीवां दा साथ नहीं छड़दा, उन्हां तो विछड़दा नहीं। ਤਾਂ ਫਿਰ ਤੂੰ ਕਿਉਂ ਵੱਖ ਵੱਖ ਪ੍ਰਕਾਰ ਦੇ ਉਪਾਅ ਕਰਕੇ ਉਸਨੂੰ ਪ੍ਰਾਪਤ ਕਰਨ ਦੀ ਹੋੜ ਦੇ ਵਿੱਚ ਲੱਗਾ ਹੋਇਆ ਹੈ? ਜਿਹੜੀ ਚੀਜ਼ ਤੁਹਾਡੇ ਕੋਲ ਹੈ ਉਹਨੂੰ ਹਾਸਲ ਕਰਨ ਦੇ ਲਈ ਤੁਸੀਂ ਤਕੱਲਫ ਕਿਉਂ ਕਰੋਗੇ? ਇਸੇ ਲਈ ਗੁਰੂ ਜੀ ਕਹਿੰਦੇ ਹਨ ਕਿ ਉਪਾਅ ਛੋੜ ਗਉ ਤਿਸ ਕੀ ਓਟ। ਉਹਨੂੰ ਪ੍ਰਾਪਤ ਕਰਨ ਦੇ ਜੋ ਉਪਾਅ ਤੂੰ ਕਰਦਾ ਹੈ ਉਹਨਾਂ ਨੂੰ ਛੱਡ ਕੇ ਉਹਦੇ ਆਸਰੇ ਨੂੰ मन लै। इस प्रकार निमख दे विच अख फरकन जिन्ने समय दे विच ही तेरा माया दे बंधना तो छुटकारा हो जाएगा। सदा निकट कर तिसनो जान, प्रभ की आग्या सत कर मान। उस परमात्मा नू सदा अपने नेड़े समझ, उदी आग्या नू उदी रजा नू सच करके मन लै। गुर कै बचन मिटावो आप, गुरु दे बचना दे उत्ते चल के अपने आपे भाव नू खत्म कर। हर हर नाम नानक जप जाप, हे नानक ए आख कि हे मनुख, उस परमात्मा दा नाम जप। सो कई सारियां हदायतां श्री गुरु अर्जन देव जी ने इस बाणी दे राही सानू कीतियां हन। ते उम्मीद करते हाँ कि तुहानू उन्हां सब दी समझ आ गई होएगी, ते तुसी उन्हां हदायतां नू मनन दी कोशिश करोगे। इस दे नाल ही श्री गुरु ग्रंथ साहिब जी दे 176वें अंग दी बाणी दी व्याख्या दी समाप्ति हुंदी है जी। वीडियो नू अंत तक वेखण सुनण दे लई तुहाडा बहुत बहुत धन्नवाद है। उम्मीद करते हाँ कि जेकर वीडियो चंगी लगी होएगी तो तुसी अग्गे लोकां तक जरूर पहुँचाओगे, ताकि होर लोग भी बाणी दे नाल जुड़ सकन, बाणी दा जो असल प्रभाव है उन्हों अपनी जिंदगियां दे विच लै के आ सकन। इसे संदेश दे नाल ही फतेह बुलाउंदे हाँ। वाहिगुरु जी का खालसा, वाहिगुरु जी की फतेह।